ਨਾਭਾ ਵਿਖੇ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮਾਂ ਤਹਿਤ ਦੁਕਾਨਾਂ ਬੰਦ ਰੱਖਣ ਦੇ ਵਿਰੋਧ ਵਿੱਚ ਵਪਾਰੀ ਵਰਗ ਨੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਹੁਕਮਾਂ ਦੇ ਅਨੁਸਾਰ ਦਵਾਈਆਂ, ਡੇਅਰੀ ਪ੍ਰੋਡਕਟ, ਫਲ ਫਰੂਟ, ਸਬਜ਼ੀਆਂ ਨੂੰ ਛੱਡ ਕੇ ਬਾਕੀ ਦੁਕਾਨਾਂ ਬੰਦ ਰਹਿਣਗੀਆਂ, ਜਿਸ ਦਾ ਅੱਜ ਨਾਭਾ ਵਿਖੇ ਦੁਕਾਨਦਾਰਾਂ ਵਪਾਰੀਆਂ ਨੇ ਸਖ਼ਤ ਵਿਰੋਧ ਕੀਤਾ ਅਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਸਾਨੂੰ ਇਸ ਤੋਂ ਚੰਗਾ ਜ਼ਹਿਰ ਖਾਣ ਨੂੰ ਦੇ ਦੇਵੇ ਜੋ ਕਿ ਆਰਾਮ ਦੇ ਨਾਲ ਮਰ ਸਕੀਏ। ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਨੂੰ ਵੀਕਐਂਡ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਅਸੀਂ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ। ਪਰ ਹੁਣ ਜੇਕਰ ਮੁਕੰਮਲ ਤੌਰ 'ਤੇ ਸਾਡੀਆਂ ਦੁਕਾਨਾਂ ਬੰਦ ਰਹਿਣਗੀਆਂ ਤਾਂ ਸਾਡੇ ਪਰਿਵਾਰ ਬੱਚਿਆਂ ਦਾ ਕੀ ਬਣੇਗਾ? ਅਸੀਂ ਰੋਟੀ ਜੋਗਾ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਾਂਗੇ? ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਥੋੜ੍ਹੀ ਥੋੜ੍ਹੀ ਜ਼ਹਿਰ ਦਿੱਤੀ ਜਾਵੇ ਦੁਕਾਨਦਾਰਾਂ ਨੂੰ, ਤਾਂ ਕਿ ਅਸੀਂ ਖਾ ਕੇ ਮਰ ਤਾਂ ਸਕੀਏ। ਨਾ ਸਾਨੂੰ ਬਿਜਲੀ ਦਾ ਬਿੱਲ, ਨਾ ਸਾਨੂੰ ਕਿਰਾਇਆ, ਅਸੀਂ ਕਿੱਥੋਂ ਕੱਢਾਂਗੇ? ਸਾਡਾ ਮਹੀਨਾ ਮਹੀਨਾ ਕੰਮ ਚੱਲਦਾ, ਉਹੀ ਇਹ ਲੋਕਡਾਊਨ ਕਰ ਦਿੰਦੇ ਨੇ, ਅਸੀਂ ਜਾਈਏ ਕਿੱਥੇ? ਸਰਕਾਰ ਇਹ ਕਹਿ ਦਿੰਦੇ ਨੇ ਜ਼ਰੂਰੀ ਦੁਕਾਨਾਂ ਖੋਲ੍ਹੋ, ਗੈਰ ਜ਼ਰੂਰੀ ਬੰਦ ਕਰੋ। ਕਿਹੜੀਆਂ ਜ਼ਰੂਰੀ ਨੇ, ਕਿਹੜੀਆਂ ਗੈਰ ਜ਼ਰੂਰੀ ਨੇ? ਜਾਂ ਦੁਕਾਨਾਂ ਗੈਰ ਜ਼ਰੂਰੀ ਨੇ ਤਾਂ ਵੈਸੇ ਕਿਉਂ ਖੁੱਲ੍ਹਣ ਦਿੰਦੇ ਨੇ? ਜਿਹੜੀਆਂ ਗੈਰ ਜ਼ਰੂਰੀ ਨੇ ਉਹ ਵੈਸੇ ਵੀ ਨਹੀਂ ਖੁੱਲ੍ਹਣੀਆਂ ਚਾਹੀਦੀਆਂ ਫਿਰ ਲੋਕਡਾਊਨ ਤੋਂ ਬਗੈਰ ਵੀ, ਜਦੋਂ ਜ਼ਰੂਰੀ ਉਹ ਨਹੀਂ ਹੈਗੀਆਂ। ਜਿਸ ਤਰ੍ਹਾਂ ਪਿਛਲੇ ਸਾਲ ਵੀ ਲੋਕਡਾਊਨ ਰਿਹਾ, ਹੁਣ ਵੀ ਦੁਕਾਨਦਾਰਾਂ ਦੀ ਸਥਿਤੀ ਅੱਜ ਨਹੀਂ ਗੱਡੀ ਪਟੜੀ 'ਤੇ ਆਈ, ਤੁਸੀਂ ਕੀ ਮੈਸੇਜ ਦੇ ਰਹੇ ਸਰਕਾਰ? ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਦੇਖੋ ਘੱਟੋ ਘੱਟ ਇਹ ਚੀਜ਼ ਦਾ ਧਿਆਨ ਰੱਖਣ, ਵੀ ਟਾਈਮ ਦੇ ਦੇਣ ਸਾਨੂੰ। ਅਸੀਂ 5 ਵਜੇ ਤੱਕ ਦਾ ਟਾਈਮ ਸੀਗਾ, ਅਸੀਂ ਕਰਿਆ ਜੀ, ਠੀਕ ਹੈ। ਇਹਨਾਂ ਨੇ ਸ਼ਨੀਵਾਰ ਦਾ ਬੰਦ ਕਰਾਇਆ, ਅਸੀਂ ਉਹ ਵੀ ਬੰਦ ਕਰਿਆ ਜੀ। ਹੁਣ ਇਹਨਾਂ ਨੇ ਬਿਲਕੁਲ ਹੀ ਬੰਦ ਕਰਤਾ, ਦੱਸੋ ਅਸੀਂ ਕਿੱਥੇ ਜਾਵਾਂ? ਸਾਡੇ ਬੱਚੇ ਭੁੱਖੇ ਮਰ ਜਾਣੇ ਜੀ। ਇਹਦਾ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਹਾਂ ਵੀ ਸਾਨੂੰ ਸਰਕਾਰ ਥੋੜ੍ਹੀ ਥੋੜ੍ਹੀ ਜ਼ਹਿਰ ਦੇਵੇ, ਤਾਂ ਕਿ ਅਸੀਂ ਲੈ ਕੇ ਮਰਤਾ ਜਾਈਏ। ਕਹਿਣਾ ਮਤਲਬ ਸਰਕਾਰ ਉਹ ਸਾਨੂੰ ਭੁੱਖਾ ਮਾਰੇ, ਇਸ ਤੋਂ ਚੰਗਾ ਜ਼ਹਿਰ ਦੇ ਠੇਕੇ ਖੋਲ੍ਹ ਦੇਵੇ, ਅਸੀਂ ਜ਼ਹਿਰ ਲੈ ਕੇ ਉੱਥੇ ਖਾ ਕੇ ਮਰਤਾ ਜਾਈਏ। ਐਮ ਕਰੋਨਾ ਨਾਲ ਮਰਾਂਗੇ, ਭੁੱਖਮਰੀ ਨਾਲ ਮਰਾਂਗੇ, ਇੱਕੋ ਵਾਰੀ ਖਾ ਕੇ ਜ਼ਹਿਰ ਆਪਣਾ ਜ਼ਿੰਦਗੀਆਂ ਨਿਬੇੜੀ ਹੈ ਕੰਮ। ਹੋਰ ਕੀ ਹੈ ਜੀ ਦੱਸੋ ਮੈਨੂੰ, ਭੁੱਖ ਮਾਰਨ ਵਾਲੀ ਉਹ ਗੱਲ ਹੈ। ਅਸੀਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਘਰ ਦੀ ਰੋਟੀ ਬਣਾਉਂਦੇ ਹਾਂ, ਜੇ ਹੁਣ ਮੁਕੰਮਲ ਬੰਦ ਰੋਟੀ ਕਿੱਥੋਂ ਲੈ ਕੇ ਜਾਣਾ, ਕਿੱਥੇ ਖਾਵਾਂ ਇਹ ਦੱਸੋ ਮੈਨੂੰ। ਮੈਸੇਜ ਇਹੀ ਕਹਿੰਦੇ ਵੀ ਜਿਹੜਾ ਪਹਿਲਾਂ ਚੱਲ ਰਿਹਾ ਸੀ ਲੋਕਡਾਊਨ, 5 ਵਜੇ ਤੱਕ ਟਾਈਮ ਸੀਗਾ, ਚਲੋ ਅਸੀਂ ਚਲਾਈ ਜਾਂਦੇ ਸੀ ਥੋੜ੍ਹਾ ਬਹੁਤਾ, ਚਲੋ 100-200 ਜਿਹੜਾ ਰੋਟੀ ਦਾ ਜੁਗਾੜ ਬਣੀ ਆ। ਹੁਣ ਬਿਲਕੁਲ ਮੁਕੰਮਲ ਬੰਦ ਕਰਤਾ, ਅਸੀਂ ਕਿੱਥੋਂ ਕਮਾਈਏ, ਕਿੱਥੇ ਖਾਈਏ? ਛੋਟੀ ਦੁਕਾਨ ਹੈ ਮੇਰੀ, ਮੇਰਾ ਨਮਕੀਨ ਬਿਸਕੁਟ ਬੀੜੀ ਸਿਗਰਟ ਰੱਖੀ ਹੈ, ਦੱਸੋ ਮੈਂ ਉਹਦੇ ਨਾਲ ਕਿੰਨੇ ਕੁ ਕੱਢੂੰਗਾ ਜੀ? ਦੱਸੋ ਮੈਨੂੰ ਕਿੱਥੋਂ ਗੁਜ਼ਾਰਾ ਕਰੂੰਗਾ, ਕਿੰਨੀ ਕੁ ਮੇਰੀ ਇਨਕਮ ਹੈ ਮੈਨੂੰ ਦੱਸੋ। ਅਸਾਂ ਆਹੀ ਕਹਿੰਦੇ ਵੀ ਜਿਹੜਾ ਸੀਗਾ ਪਹਿਲਾਂ ਲੋਕਡਾਊਨ ਚੱਲ ਰਿਹਾ ਸੀ, ਚੱਲੀ ਜਾਂਦੇ, ਚਲੋ ਅਸੀਂ ਸਹਿਣ ਕਰੀ ਜਾਂਦੇ, ਆਹ ਹੁਣ ਜਿਹੜਾ ਮੁਕੰਮਲ ਕਰਤਾ ਇਹਨਾਂ ਦਾ, ਅਸੀਂ ਫਿਰ ਸਰ ਦਾ ਜ਼ਹਿਰ ਦੇ ਦਿਓ, ਖਾ ਕੇ ਮਰ ਜਾਈਏ, ਸਾਰੀ ਟੈਨਸ਼ਨ ਖਤਮ ਹੋ ਜਾਵੇ। ਹੋਰ ਕੀ ਅਸੀਂ ਕਹਿਣਾ? ਅਸੀਂ ਧਰਨਾ ਨਹੀਂ ਲਾਇਆ ਜੀ, ਅਸੀਂ ਤਾਂ ਸਮਰਪਣ ਕੀਤਾ ਸਰਕਾਰ ਲਈ ਕਿ ਆ ਜਾਓ ਭਾਈ, ਸਾਨੂੰ ਵੈਸੀ ਗੋਲੀ ਮਾਰ ਦਿਓ। ਅਸੀਂ ਤਾਂ ਹੁਣ ਤੁਹਾਨੂੰ ਦੁਕਾਨਾਂ ਤੁਸੀਂ ਖੋਲ੍ਹ ਨਹੀਂ ਦੇ ਰਹੇ, ਪੈਸੇ ਸਾਡੀਆਂ ਜੇਬਾਂ 'ਚ ਹੈ ਨਹੀਂ, ਕਿਰਾਏ ਸਾਡੇ ਸਿਰਾਂ 'ਤੇ ਖੜ੍ਹੇ ਨੇ, ਬਿਜਲੀ ਦਾ ਬਿੱਲ ਸਾਡੇ ਸਿਰਾਂ 'ਤੇ ਖੜ੍ਹਦਾ, ਬੱਚਿਆਂ ਦੀਆਂ ਫੀਸਾਂ ਸਾਡੇ ਸਿਰਾਂ 'ਤੇ ਖੜ੍ਹੀਆਂ ਨੇ, ਠੀਕ ਹੈ। ਤਾਂ ਸਾਨੂੰ ਇਹ ਦੱਸੋ ਵੀ ਸਾਡੇ ਜਦੋਂ ਦੁਕਾਨਾਂ ਨਹੀਂ ਖੋਲ੍ਹਣੀਆਂ, ਸਾਡੇ ਕੋਲ ਪੈਸਾ ਨਹੀਂ ਆਉਣਾ, ਤਾਂ ਅਸੀਂ ਫਿਰ ਘਰ ਜਾ ਕੇ ਵੀ ਕੀ ਕਰਨਾ, ਅਤੇ ਇੱਥੇ ਵੀ ਕਰਨਾ? ਫਿਰ ਉਰੇ ਬੈਠੇ ਹਾਂ, ਜ਼ਿਆਦਾ ਸਾਨੂੰ ਗੋਲੀ ਮਾਰ ਦਿਉ, ਚਾਹੇ ਸਾਨੂੰ ਜੇਲ੍ਹ ਭੇਜ ਦਿਉ, ਜੋ ਤੁਹਾਨੂੰ ਸਾਡੇ ਨਾਲ ਸਲੂਕ ਕਰਨਾ ਕਰ ਲਓ, ਅਸੀਂ ਸਾਡੇ ਚਰਨਾਂ ਸਮਰਪਣ ਕਰਤਾ, ਵੀ ਹੁਣ ਸਾਡੇ ਹੱਥ ਖੜ੍ਹੇ ਨੇ, ਔਰ ਸਾਡਾ ਕੋਈ ਬਾਲੀ ਵਾਰਸ ਨਹੀਂ ਆ, ਸਰਕਾਰ ਵੀ ਸਾਡੀ ਬਾਲੀ ਵਾਰਸ ਨਹੀਂ, ਪਰਮਾਤਮਾ ਨੇ ਵੀ ਸਾਡਾ ਸਾਥ ਛੱਡਣ ਦੀ ਤਿਆਰੀ ਕਰ ਲਈ ਆ, ਤਾਂ ਫਿਰ ਅਸੀਂ ਭੁੱਖੇ ਰਹਿ ਕੇ ਮਰਨ ਨਾਲੋਂ ਅਸੀਂ ਲੜ ਕੇ ਹੀ ਮਰਾਂਗੇ। ਹੁਣ ਇੱਦਾਂ ਸੰਘਰਸ਼ ਕਰਾਂਗੇ ਅਸੀਂ, ਹੋਰ ਸਾਡੇ ਤੋਂ ਸਹਿਣ ਹੁਣ ਹੋ ਨਹੀਂ ਰਿਹਾ। ਨਾ ਕੋਈ ਮੰਗ ਪੱਤਰ ਨਹੀਂ ਜੀ, ਬਸ ਅਸੀਂ ਇੱਥੇ ਖੜ੍ਹੇ ਹਾਂ, ਸਾਡਾ ਤਾਂ ਮੰਗ ਇਹੀ ਆ ਵੀ ਜ਼ਿਆਦਾ ਸਾਨੂੰ ਦੁਕਾਨਾਂ ਖੋਲ੍ਹੋ, ਜਾਂ ਸਾਡੇ ਦੇ ਪਰਚੇ ਕਰਕੇ ਸਾਨੂੰ ਪਰਿਵਾਰ ਸਮੇਤ ਜੇਲ੍ਹ 'ਚ ਭੇਜੋ, ਬਸ ਬਸ। ਮੈਸੇਜ ਇਹੀ ਆ ਸਾਡਾ, ਹੱਥ ਬੰਨ ਕੇ ਬੇਨਤੀ ਆ ਵੀ ਅਸੀਂ ਤੁਹਾਡਾ ਵੀਕਐਂਡ ਲੋਕਡਾਊਨ ਵੀ ਮੰਨ ਲਿਆ, ਅਸੀਂ ਤੁਹਾਡਾ 5 ਵਜੇ ਤੱਕ ਦਾ ਟਾਈਮ ਵੀ ਮੰਨ ਲਿਆ, ਹੁਣ ਸਾਨੂੰ ਜਿਹੜਾ ਤੁਹਾਨੂੰ 5 ਵਜੇ ਤੱਕ ਦਾ ਟਾਈਮ ਹੈ, ਸਵੇਰੇ ਅਸੀਂ 7 ਤੋਂ ਲੈ ਕੇ 5 ਵਜੇ ਤੱਕ ਸਾਨੂੰ 5 ਦਿਨ ਜਿਹੜੀਆਂ ਦੁਕਾਨਾਂ ਨੇ ਉਹ ਖੋਲ੍ਹਣ ਦਿੱਤੀਆਂ ਜਾਣ, ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਰੁਜ਼ਗਾਰ ਜਿਹੜਾ ਗੁਜ਼ਾਰਾ ਜਿਹੜਾ ਹੈਗਾ ਇੱਥੋਂ ਰੁਜ਼ਗਾਰ ਤੋਂ ਆਪਣੇ ਤੋਂ ਕਰ ਸਕੀਏ। ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ, ਤੁਹਾਡਾ ਅਗਲਾ ਸੰਘਰਸ਼ ਕੀ ਹੋਊ? ਸੰਘਰਸ਼ ਅਸੀਂ ਕੀ ਕਰ ਸਕਦੇ ਹਾਂ ਜੀ, ਲਾਚਾਰ ਕੀਤੇ ਪਏ ਹਾਂ ਸਰਕਾਰ ਨੇ, ਕੋਈ ਸਾਡੇ ਕੋਲ ਸੰਘਰਸ਼ ਕਰਨ ਨੂੰ ਕੋਈ ਨੀਤੀ ਨਹੀਂ ਆ, ਕੁਛ ਨਹੀਂ ਆ, ਅਸੀਂ ਵਾਪਸ ਕੀ ਕਰ ਸਕਦੇ ਹਾਂ? ਅਸੀਂ ਉਰੇ ਬੈਠੇ ਰਹਾਂਗੇ ਭੁੱਖਣ ਭਾਣੇ, ਹੋਰ ਕੀ ਆ। ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।